जो प्रभु यीशु मसीह ने आज सुंदर मौका मेरी जिंदगी ने दिता है। सो अज मैं सुबह दी प्रार्थना के बारे दसन वास्ते जा रहा हाँ कि जो परमेश्वर ने अज सुबह साडी जिंदगी दे अंदर दिता है, तो असी किसी वारी सवेर के समय गुड मॉर्निंग करते हाँ सारयां, रात के समय गुड नाइट करते हाँ। तो अज मैं गुड मॉर्निंग के नाल नाल प्रार्थना भेज रहा हाँ सारयां कि यह परमेश्वर का धन्यवाद आ कि जो प्रभु ने अज साडी जिंदगी एक सुंदर मौका दिता है। इंसान अपनी मर्जी नाल एक पल भी धरती के उत्ते जिंदा नहीं रह सकता और परमेश्वर की मर्जी तो बिना कभी पत्ता भी नहीं हिलता। सो खुदा का धन्यवाद होवे, परमेश्वर ने पूरी रात सानू संभाल के रखा है और अज का दिन जिहड़ा प्रभु ने साडी जिंदगी दे अंदर एक नया दिन दिता है। जबूर नंबर 100 तो मैं पढ़ना चाहता हाँ, उस तो बाद प्रार्थना करांगा। ए सारी धरती दियो यहोवा लई ललकारो, आनंद हो के यहोवा दी उपासना करो, जय जयकार करदे होए उहदी हजूरी विच आओ, जान रखो भई यहोवा ही परमेश्वर है, उहने सानू साजिया अते असी उहदे हाँ, असी उहदी प्रजा अते उहदे जूह दियां भेडां हाँ। धन्नवाद करदे होए उस दे फाटका दे अंदर ਅਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ, ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ। ਯਹੋਵਾ ਤਾਂ ਭਲਾ ਹੈ, ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜ੍ਹੀਓ ਪੀੜ੍ਹੀ ਤੀਕਰ ਹੈ। ਤੋ ਸੱਚਮੁੱਚ ਮੇਰੇ ਭੈਣ ਭਾਈਓ, ਉਹ ਪਰਮੇਸ਼ਰ ਦੀ ਇੱਕ ਵਫਾਦਾਰੀ ਆ ਕਿ ਜੋ ਪਰਮੇਸ਼ਰ ਨੇ ਅੱਜ ਤੱਕ ਸਾਨੂੰ ਇਸ ਧਰਤੀ ਦੇ ਉੱਤੇ ਜਿਉਂਦਿਆਂ ਰੱਖਿਆ ਹੈ, ਸੰਭਾਲ ਕੇ ਰੱਖਿਆ ਹੈ। ਸੋ ਮੈਂ ਖੁਦਾ ਦਾ ਧੰਨਵਾਦ ਕਰਦਾ ਹਾਂ ਜੋ ਪਰਮੇਸ਼ਰ ਨੇ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਅੰਦਰ ਅੱਜ ਇੱਕ ਸੁੰਦਰ ਮੌਕਾ ਦਿੱਤਾ ਹੈ। ਪਰਮੇਸ਼ਰ ਨੇ ਸਾਨੂੰ ਰਾਤ ਭਰ ਸੰਭਾਲ ਕੇ ਰੱਖਿਆ, ਮਿੱਟੀ ਪੈੜੀ ਨੀਂਦ ਦਿੱਤੀ, ਸੁਬਾਹ ਦੀ ਰੋਸ਼ਨੀ ਦਿੱਤੀ ਔਰ ਅੱਜ ਦਾ ਦਿਨ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਦੇ ਅੰਦਰ ਦਿੱਤਾ। ਸੋ ਮੈਂ ਪ੍ਰਾਰਥਨਾ ਕਰਨ ਵਾਸਤੇ ਜਾ ਰਿਹਾ ਕਿ ਪਰਮੇਸ਼ਰ ਅੱਜ ਜਿਹੜਾ ਦਿਨ ਹੈ ਸਾਡੀ ਜ਼ਿੰਦਗੀ 'ਚ ਇੱਕ ਅਹਿਮ ਦਿਨ ਹੋਵੇ ਔਰ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਖੁਸ਼ੀਆਂ ਭਰਿਆ ਦਿਨ ਹੋ ਸਕੇ। ਸੋ ਆਓ ਮੈਂ ਪ੍ਰਾਰਥਨਾ ਕਰਾਂਗਾ। ਤਾਰੀਫ ਹਲੇਲੂਯਾ ਪ੍ਰਭੂ ਯਿਸੂ ਜੀ, ਮੈਂ ਤੇਰਾ ਧੰਨਵਾਦ ਕਰਦਾ ਹਾਂ ਖੁਦਾ ਬਾਪ ਅੱਜ ਦੇ ਸੁੰਦਰ ਮੌਕੇ ਵਾਸਤੇ ਜੋ ਤੂੰ ਸਾਡੀ ਜ਼ਿੰਦਗੀ ਦੇ ਅੰਦਰ ਬਖਸ਼ਿਆ, ਹਰ ਇੱਕ ਇਨਸਾਨ ਤੂੰ ਸੰਭਾਲ ਕੇ ਰੱਖਿਆ, ਤੇਰਾ ਧੰਨਵਾਦ ਕਰਦਾ ਪ੍ਰਭੂ ਜੀ। ਤੇਰਾ ਪਵਿੱਤਰ ਆਤਮਾ ਜਗ੍ਹਾ 'ਤੇ ਕਾਰੀ ਕਰੇ ਖੁਦਾਵੰਦਾ। ਪਿਆਰੇ ਪ੍ਰਭੂ ਜੀ, ਤੂੰ ਨੇ ਰਾਤ ਭਰ ਸੰਭਾਲ ਕੇ ਰੱਖਿਆ, ਮਿੱਠੀ ਪਿਆਰੀ ਨੀਂਦ ਦਿੱਤੀ, ਸੁਬਾਹ ਦੀ ਰੋਸ਼ਨੀ ਦਿੱਤੀ ਔਰ ਪ੍ਰਭੂ ਜੀ ਅੱਜ ਕਾ ਦਿਨ ਤੂੰ ਸਾਡੀ ਜ਼ਿੰਦਗੀ ਦੇ ਅੰਦਰ ਨਿਆ ਦਿਨ ਦਿੱਤਾ ਹੈ, ਤੇਰਾ ਧੰਨਵਾਦ ਕਰਦਾ ਹੈ ਖੁਦਾਵੰਦਾ। ਇਹ ਸੁਬਾਹ ਦੀ ਪ੍ਰਾਰਥਨਾ ਪ੍ਰਭੂ ਜੀ ਇਸ ਜਿਸ ਘਰ ਵਿੱਚ ਵੀ ਔਰ ਜਿੰਨੇ ਵੀ ਭੈਣ ਭਾਈ ਇਸ ਪ੍ਰਾਰਥਨਾ ਦੇ ਵਿੱਚ ਦਰਮਿਆਨ ਹਨ, ਖੁਦਾਵੰਦਾ ਇਹ ਪ੍ਰਾਰਥਨਾ ਵਿੱਚ ਸਾਂਭਲ ਹਨ, ਇੱਕ ਇੱਕ ਨੂੰ ਬਹੁਤ ਸਾਰੀ ਆਸ਼ਿਸ਼ ਅਤੇ ਬਰਕਤ ਨਾ। ਅਗਰ ਕੋਈ ਦੁਖੀ ਬਿਮਾਰ ਪਰੇਸ਼ਾਨ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਹੈ, ਉਸਦੀ ਸਾਰੀ ਮਾਂਦਗੀ ਸਾਰਾ ਦੁੱਖ ਬਿਮਾਰੀ ਨੂੰ ਦੂਰ ਕਰਨਾ। ਅਗਰ ਕਿਸੇ ਦੇ ਜਿਸਮ ਦੇ ਅੰਦਰ ਕੋਈ ਦਰਦ ਆ ਪ੍ਰਭੂ ਜੀ, ਉਸ ਦਰਦ ਨੂੰ ਦੂਰ ਕਰਨਾ ਖੁਦਾਵੰਦਾ। ਕੋਈ ਭੈਣ ਜਾਏ ਭਾਈ ਪ੍ਰਭੂ ਜੀ ਕੰਮ ਕਰ 'ਤੇ ਜਾ ਰਹੇ ਆ ਖੁਦਾਵੰਦਾ, ਉਹਨਾਂ ਦੀ ਵੀ ਮਦਦ ਔਰ ਸਹਾਇਤਾ ਕਰਨਾ ਪ੍ਰਭੂ ਜੀ, ਰਸਤੇ ਪਰ ਸੰਭਾਲ ਕੇ ਕਰਨਾ। ਉਹ ਜਿਸ ਜਗ੍ਹਾ 'ਤੇ ਵੀ ਜੋਬ ਕਰਦੇ ਆ ਕੰਮ ਕਰਦੇ ਪ੍ਰਭੂ ਜੀ, ਉਸ ਜਗ੍ਹਾ ਨੂੰ ਤੇਰੇ ਹੱਥਾਂ ਵਿੱਚ ਦੇਣੇ ਪ੍ਰਭੂ ਯਿਸੂ ਮਸੀਹ, ਸਾਰਾ ਦਿਨ ਕੰਮ ਕਰਨ ਔਰ ਖੁਦਾਵੰਦਾ ਫਿਰ ਦੁਬਾਰਾ ਵਾਪਸ ਆਪਣੇ ਪਰਿਵਾਰ ਵਿੱਚ ਆ ਸਕਣ ਖੁਦਾਵੰਦਾ। ਇਹਨਾਂ ਪਰਿਵਾਰਾਂ ਦੀ ਮਦਦ ਔਰ ਸਹਾਇਤਾ ਕਰਨਾ ਔਰ ਜਿੰਨੇ ਵੀ ਮੇਰੇ ਭੈਣ ਭਾਈ ਇਹ ਪ੍ਰਾਰਥਨਾ ਦੇ ਵਿੱਚ ਸਾਂਭਲ ਹਨ ਖੁਦਾਵੰਦਾ, ਇੱਕ ਇੱਕ ਨੂੰ ਬਹੁਤ ਸਾਰੀ ਬਰਕਤ ਨਾਲ। ਅਗਰ ਕਿਸੇ ਦੀ ਕੋਈ ਮੁਸ਼ਕਲ ਪਰੇਸ਼ਾਨੀ ਆ ਉਸ ਨੂੰ ਦੂਰ ਕਰਨਾ, ਅਗਰ ਕਿਸੇ ਦੀ ਕੋਈ ਮੰਗ ਆ ਤਾਂ ਪ੍ਰਭੂ ਜੀ ਉਸ ਮੰਗ ਨੂੰ ਪੂਰਿਆ ਕਰਨਾ। ਤੇਰਾ ਧੰਨਵਾਦ ਕਰਦਾ, ਖਾਸ ਕਰਕੇ ਅੱਜ ਦੇ ਸੁੰਦਰ ਮੌਕੇ ਵਾਸਤੇ ਪ੍ਰਾਰਥਨਾ ਕਰਦਾ, ਸੁਬਹੇ ਵਾਸਤੇ ਪ੍ਰਾਰਥਨਾ ਕਰਦਾ ਪ੍ਰਭੂ। ਪ੍ਰਾਰਥਨਾ ਸੁਣੋ, ਕਬੂਲ ਕਰੋ, ਤੇਰੇ ਮਿੱਠੇ ਅਤੇ ਜਲਾਲੀ ਨਾਮ ਸੇ ਮੰਗਦੇ ਹਾਂ, ਆਮੀਨ। ਸੋ ਪਰਮੇਸ਼ਰ ਦਾ ਧੰਨਵਾਦ ਹੋਵੇ, ਖੁਦਾ ਨੇ ਅੱਜ ਸੁੰਦਰ ਮੌਕਾ ਸਾਡੀ ਜ਼ਿੰਦਗੀ ਦਿੱਤਾ।
ਸੋ ਇਸ ਸਵੇਰ ਦੀ ਪ੍ਰਾਰਥਨਾ ਗੁੱਡ ਮੋਰਨਿੰਗ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ। ਸੋ ਗੁੱਡ ਮੋਰਨਿੰਗ ਦੀ ਜਗ੍ਹਾ 'ਤੇ ਅੱਜ ਅਸੀਂ ਇਹ ਪ੍ਰਾਰਥਨਾ ਭੇਜਦੇ ਹਾਂ। ਸਾਰੇ ਭੈਣ ਭਾਈ ਇਸ ਪ੍ਰਾਰਥਨਾ ਵਿੱਚ ਸ਼ਾਮਿਲ ਜ਼ਰੂਰ ਹੋਣਾ ਔਰ ਹੋਰ ਵੀ ਭੈਣ ਭਾਈਆਂ ਨੂੰ ਇਹ ਪ੍ਰਾਰਥਨਾ ਸ਼ੇਅਰ ਕਰਨਾ, ਸੁਬਾਹ ਦੀ ਪ੍ਰਾਰਥਨਾ, ਔਰ ਖੁਦਾ ਸਾਨੂੰ ਸਭ ਨੂੰ ਆਸ਼ੀਸ਼ ਦੇਵੇ, ਬਰਕਤ ਦੇ। ਸਭ ਭੈਣ ਭਾਈਆਂ ਨੂੰ ਜੈ ਮਸੀਹ।